ਫਰੀਦਕੋਟ ਦਾ ਨਹਿਰੂ ਸਟੇਡੀਅਮ ਕਰੀਬ 15 ਏਕੜ ਵਿੱਚ ਬਣਿਆ ਹੋਇਆ ਹੈ। ਲੇਕਿਨ ਅੱਜ ਇਸ ਦੇ ਹਾਲਾਤ ਅਜਿਹੇ ਹਨ ਕਿ ਇਹ ਆਪਣੀ ਹਾਲਤ ਤੇ ਹੰਝੂ ਵਹਾ ਰਿਹਾ ਹੈ। ਇਸ ਸਟੇਡੀਅਮ ਵਿੱਚ ਨਾ ਤਾਂ ਕੋਚ ਪੂਰੀ ਗਿਣਤੀ ਦੇ ਹਨ, ਨਾ ਹੀ ਬਿਜਲੀ ਦਾ ਪੂਰਾ ਪ੍ਰਬੰਧ ਹੈ, ਨਾ ਹੀ ਪੀਣ ਵਾਲਾ ਪਾਣੀ ਇੱਥੇ ਮਿਲਦਾ ਹੈ, ਨਾ ਹੀ ਕੋਈ ਬਾਥਰੂਮ ਹੈ, ਜਿਸ ਦੇ ਚੱਲਦਿਆਂ ਖਿਡਾਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਟੇਡੀਅਮ ਵਿੱਚ ਗੰਦਗੀ ਦਾ ਆਲਮ ਇਹ ਹੈ ਕਿ ਜਗ੍ਹਾ ਜਗ੍ਹਾ 'ਤੇ ਕੂੜਾ ਪਿਆ ਹੈ। ਇਸ ਸਟੇਡੀਅਮ ਦੇ ਹਾਲਾਤ ਨੂੰ ਦੇਖਦੇ ਹੋਏ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਕਵਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਸਟੇਡੀਅਮ ਦੀ ਸਫਾਈ ਦਾ ਜ਼ਿੰਮਾ ਸੰਭਾਲਿਆ ਹੈ। ਅੱਜ ਇਹਨਾਂ ਨੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰਮਾਣਾ ਦਾ ਕਹਿਣਾ ਹੈ ਕਿ ਸਰਕਾਰ ਬੇਸ਼ੱਕ ਸੂਬੇ ਵਿੱਚ ਮਾਡਰਨ ਸਟੇਡੀਅਮ ਬਣਾਉਣ ਦੇ ਦਾਅਵੇ ਕਰ ਰਹੀ ਹੈ, ਲੇਕਿਨ ਜੋ ਸਟੇਡੀਅਮ ਬਣੇ ਹੋਏ ਹਨ ਉਹਨਾਂ ਦੀ ਸੰਭਾਲ ਦੇ ਲਈ ਕੋਈ ਵੀ ਕਦਮ ਨਹੀਂ ਉਠਾ ਰਹੀ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸ ਸਟੇਡੀਅਮ ਦੀ ਰੱਖ ਰਖਾਵ ਦੀ ਜ਼ਿੰਮੇਵਾਰੀ ਨਹੀਂ ਉਠਾ ਸਕਦੀ ਤਾਂ ਯੂਥ ਅਕਾਲੀ ਦਲ ਨੂੰ ਇਸ ਦਾ ਜ਼ਿੰਮਾ ਦੇਣ ਅਤੇ ਯੂਥ ਅਕਾਲੀ ਦਲ ਦੀ ਇਕਾਈ ਇਸ ਦੀ ਸਾਫ਼ ਸਫਾਈ ਅਤੇ ਕਮੀਆਂ ਨੂੰ ਦੂਰ ਕਰੇਗੀ ਅਤੇ ਸਟੇਡੀਅਮ ਦੀ ਸੰਭਾਲ ਕਰੇਗੀ। ਤੁਹਾਡੇ ਸਾਹਮਣੇ ਹੀ ਹੈ, ਤੁਸੀਂ ਆਪਦੇ ਕੈਮਰੇ ਰਾਹੀਂ, ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਸਾਰੇ ਪੱਤਰਕਾਰ ਵੀਰਾਂ ਨੂੰ ਕਿ ਇਹ ਕੈਮਰੇ ਰਾਹੀਂ ਜੋ ਦ੍ਰਿਸ਼ ਹੈ ਇਸ ਸਟੇਡੀਅਮ ਦਾ, ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਪਰ ਐਡਾ ਵੱਡਾ, ਐਡਾ ਪੁਰਾਣਾ ਸਟੇਡੀਅਮ, ਪੰਜਾਬ 'ਚ ਬੜੇ ਘੱਟ ਸਟੇਡੀਅਮ ਹੈ ਇਸ ਕੈਲਬਰ ਦੇ, ਪਰ ਜੋ ਇਹਦੇ ਦੁਰਦਸ਼ਾ ਹੋਈ ਪਈ ਹੈ, ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਇਹ ਜ਼ਰੂਰ ਆਪਦੇ ਕੈਮਰੇ ਰਾਹੀਂ ਲੋਕਾਂ ਨੂੰ ਦਿਖਾਓ, ਸ਼ਾਇਦ ਸਰਕਾਰ ਦੀਆਂ ਅੱਖਾਂ ਅਤੇ ਕੰਨ ਥੋੜ੍ਹੇ ਬਹੁਤ ਖੁੱਲ੍ਹ ਸਕਣ। ਥਾਂ ਥਾਂ 'ਤੇ ਟੋਏ ਪਏ ਹੋਏ ਹੈ, ਗੰਦਗੀ ਹੈ, ਇੱਥੇ ਸਟਾਲਾਂ ਲਾਉਣ ਨੂੰ ਸਰਕਾਰ ਦੇ ਦਿੰਦੀ ਹੈ ਸਟੇਡੀਅਮ ਨੂੰ, ਆ ਪਿੱਛੇ ਜੇ ਦੀਵਾਲੀ ਦੀਆਂ ਸਟਾਲਾਂ ਲਾਉਣ ਨੂੰ ਦਿੱਤੀਆਂ, 5-7 ਲੱਖ ਰੁਪਈਆ ਇਕੱਠਾ ਕਰ ਲਿਆ, ਅਤੇ ਸਟੇਡੀਅਮ ਇਹਦੀ ਮੈਂਟੇਨੈਂਸ ਤਾਂ ਕੀ ਕਰਨੀ ਸੀ ਉਹ ਵੇਖ ਲਓ, ਪਟਾਕਿਆਂ ਦੇ ਰੈਪਰ ਚੱਕਣ ਤੱਕ ਉਦੋਂ ਬਾਅਦ ਸਰਕਾਰ ਨੇ ਕੋਈ ਖੇਚਲ ਨਹੀਂ ਕੀਤੀ। ਚਾਹੇ ਇਸ ਸਟੇਡੀਅਮ ਦੀ ਮੈਂਟੇਨੈਂਸ ਦੀ ਗੱਲ ਕਰ ਲਈਏ, ਚਾਹੇ ਇਸ ਸਟੇਡੀਅਮ ਦੇ ਵਿੱਚ ਫੈਸਿਲਿਟੀਜ਼ ਦੀ ਗੱਲ ਕਰ ਲਈਏ, ਤੁਸੀਂ ਪੱਤਰਕਾਰ ਵੀਰਾਂ ਨੇ, ਮੈਨੂੰ ਲੱਗਦਾ ਸਾਲ ਸਵਾ ਸਾਲ ਪਹਿਲਾਂ ਇੱਥੇ ਰਾਣਾ ਸੋਢੀ ਜੀ ਆਏ ਸੀ, ਖੇਡ ਮੰਤਰੀ ਪੰਜਾਬ, ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਇੱਥੇ ਲੜਕੀਆਂ ਵੀ ਆਪਦੀ ਸਪੋਰਟਸ ਕਰਨ ਆਉਂਦੀਆਂ, ਅਤੇ ਲੜਕੀਆਂ ਦੇ ਵਾਸਤੇ ਇੱਥੇ ਚੇਂਜਿੰਗ ਰੂਮ ਵੀ ਹੈ ਨਹੀਂ, ਤੁਸੀਂ ਦੱਸੋ ਕੀ ਕਰਨ ਵਿਚਾਰੀਆਂ। ਤੁਹਾਡੀ ਅਰਜ਼ੀ ਪੜ੍ਹ ਲਈ ਉਹਨਾਂ ਨੇ, ਸਭ ਦੀ ਗੱਲ ਸੁਣ ਲਈ, ਅਤੇ ਪਰਨਾਲਾ ਉੱਥੇ ਦੀ ਉੱਥੇ, ਜਿਵੇਂ ਮੇਰੇ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਗੁਰਕਮਲ ਨੇ ਗੱਲ ਕੀਤੀ, ਫਰੀਦਕੋਟ ਰੈਸਲਿੰਗ ਦਾ ਪੰਜਾਬ ਦਾ ਹੱਬ ਹੈ, ਆ ਬਾਬਾ ਫਰੀਦ ਕੁਸ਼ਤੀ ਅਖਾੜਾ ਹੈ, ਕਈ ਅਨੇਕਾਂ ਇੰਟਰਨੈਸ਼ਨਲ ਰੈਸਲਰਸ ਜਿਨ੍ਹਾਂ ਨੇ ਦੇਸ਼ ਵਾਸਤੇ ਕਾਮਨਵੈਲਥ ਦੇ ਵਿੱਚ ਅਤੇ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਮੈਡਲ ਤੱਕ ਜਿੱਤੇ ਹੈ, ਉਹ ਇੱਥੋਂ ਦੀ ਪੈਦਾਵਾਰ ਹੈ, ਅਤੇ ਇਹਨਾਂ ਕੋਲ ਮੈਟ ਰੱਖਣ ਨੂੰ ਜਗ੍ਹਾ ਹੈ ਨਹੀਂ ਸੀ। ਇਸ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਦੋਂ 30 ਲੱਖ ਰੁਪਈਆ ਦੇ ਕੇ ਉਹ ਹਾਲ ਇਹਨਾਂ ਦੇ ਵਾਸਤੇ, ਉਹ ਹੁਣ 3-4 ਮੈਨੂੰ ਲੱਗਦਾ ਲੱਖ ਰੁਪਈਏ ਪਿੱਛੇ ਖੜ੍ਹਾ, ਸਰਕਾਰ ਉਹ ਦੇਣ ਨੂੰ ਤਿਆਰ ਨਹੀਂ। ਪੌੜੀਆਂ ਦਾ ਹਾਲ ਕੀ ਹੈ, ਟਰੈਕ ਦਾ ਹਾਲ ਕੀ ਹੈ, ਮੈਂਟੇਨੈਂਸ ਦਾ ਹਾਲ ਕੀ ਹੈ, ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ। ਅਸੀਂ ਯੂਥ ਅਕਾਲੀ ਦਲ ਵੱਲੋਂ ਮੈਂ ਵਧਾਈ ਦਿੰਦਾ ਸਾਰੀ ਜ਼ਿਲ੍ਹੇ ਦੀ ਯੂਥ ਅਕਾਲੀ ਦਲ ਦੀ ਜਥੇਬੰਦੀ ਨੂੰ, ਇਹਨਾਂ ਨੇ ਬੀੜਾ ਚੱਕਿਆ ਇਹਨੂੰ ਸਫਾਈ ਕਰਨ ਦਾ, ਇਹਨੂੰ ਥੋੜ੍ਹਾ ਬਹੁਤ ਪੱਧਰ ਕਰਕੇ ਸੈੱਟ ਕਰਨ ਦਾ। 4 ਦਿਨ ਲੱਗਣ, 5 ਦਿਨ ਲੱਗਣ, ਹਫ਼ਤਾ ਲੱਗੇ, ਕਿਉਂਕਿ ਇਦੋਂ ਬਾਅਦ ਇੱਥੇ ਸਰਕਾਰ ਇੱਕ ਮੈਡੀਕਲ ਟੈਸਟ ਵੀ ਕਰਨ ਜਾ ਰਹੀ ਹੈ, ਕਿੱਥੇ ਬਿਠਾਉਣਗੇ ਜਵਾਕਾਂ ਨੂੰ ਲਿਆ ਕੇ ਇੱਥੇ, ਆਹ ਗੰਦਗੀ ਦੇ ਵਿੱਚ ਬਿਠਾਉਣਗੇ ਲਿਆ ਕੇ। ਸੋ ਇਹਦੀ ਸਫਾਈ ਅਸੀਂ ਸਰਕਾਰ ਨੂੰ ਲਿਖ ਕੇ ਵੀ ਦੇਵਾਂਗੇ ਕਿ ਜੇ ਸਰਕਾਰ ਨਹੀਂ ਕਰ ਸਕਦੀ, ਸਰਕਾਰ ਦੇ ਹੱਥ ਖੜ੍ਹੇ ਹੈ, ਸਾਨੂੰ ਆਗਿਆ ਤਾਂ ਦੇ ਦੇਣ, ਸਾਨੂੰ ਪਰਮਿਸ਼ਨ ਦੇ ਦੇਣ, ਲਿਖਤੀ ਸਾਨੂੰ ਪਰਮਿਸ਼ਨ ਦੇ ਦੇਣ, ਇਹ ਮੈਂਟੇਨੈਂਸ ਜੇ ਸਰਕਾਰ ਦੇ ਹੱਥ ਖੜ੍ਹੇ ਹੈ ਤਾਂ ਯੂਥ ਅਕਾਲੀ ਦਲ ਵੀ ਕਰਨ ਨੂੰ ਤਿਆਰ ਹੈ, ਸਦਾ ਵਾਸਤੇ ਕਰਨ ਨੂੰ ਤਿਆਰ ਹੈ। ਕਈ ਅਦਾਰੇ ਜਿਹੜੇ ਸਰਕਾਰ ਨੇ ਠੇਕੇ ਦਿੱਤੇ ਆ, ਅਸੀਂ ਤਾਂ ਕਹਿ ਰਹੇ ਹਾਂ ਸਾਨੂੰ ਦੇ ਦੇਣ, ਮੈਂ ਤੁਹਾਡੇ ਰਾਹੀਂ ਵੀ ਬੇਨਤੀ ਕਰਦਾ, ਲਿਖਤੀ ਵੀ DSO ਨੂੰ ਦੇ ਦਿਆਂਗੇ ਕਿ ਸਰਕਾਰ ਦਾ ਇੱਕ ਸੇਵਾਦਾਰ ਹੈ, ਆਹ 15-20 ਕਿੱਲਿਆਂ ਦਾ ਸਟੇਡੀਅਮ ਹੈ, ਤੁਸੀਂ ਮੈਨੂੰ ਦੱਸੋ ਇੱਕ ਸੇਵਾਦਾਰ ਸਿਰਫ ਜਿੰਦਰਾ ਲਾਉਣ 'ਤੇ ਹੈ, ਬਾਹਰ ਕੀ ਕਰੂਗਾ ਜੀ ਇੱਥੇ ਕੋਈ, ਮੈਨੂੰ ਦੱਸਣ ਤਾਂ ਸਹੀ ਇਹ ਸਟੇਡੀਅਮ ਦੇ ਵਿੱਚ ਉਹਨਾਂ ਦੀ ਜਿਹੜਾ ਸਟਾਫ ਹੈ ਕਿੰਨਾ ਸਟਾਫ ਪੋਸਟਡ ਹੈ ਇੱਥੇ। ਸੋ ਮੈਂ ਇਹੀ ਬੇਨਤੀ ਤੁਹਾਡੇ ਰਾਹੀਂ ਵੀ ਕਰ ਰਿਹਾ, ਲਿਖਤੀ ਰੂਪ 'ਚ ਵੀ ਕਰ ਦਿਆਂਗੇ ਕਿ ਸਟੇਡੀਅਮ ਦੀ ਸਾਂਭ ਸੰਭਾਲ ਸਾਨੂੰ ਦੇ ਦੇਣ। ਪੰਜਾਬ ਦੇ ਨੌਜਵਾਨ, ਇਸ ਸਰਕਾਰ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਨੌਜਵਾਨਾਂ ਨਾਲ, ਘਰ ਘਰ ਨੌਕਰੀ ਦੇ ਦਿਆਂਗੇ, ਹਰ ਬਲਾਕ ਲੈਵਲ 'ਤੇ ਸਟੇਡੀਅਮ ਤਿਆਰ ਕਰ ਦਿਆਂਗੇ। ਇਹ ਤਾਂ ਜਿਹੜੇ ਐਗਜ਼ਿਸਟਿੰਗ ਸਟੇਡੀਅਮ ਹੈ, ਮਲਟੀਪਰਪਜ਼ ਸਟੇਡੀਅਮ ਬਣਾਉਣ ਦੀ ਗੱਲ ਕੀਤੀ ਸੀ, ਐਗਜ਼ਿਸਟਿੰਗ ਸਟੇਡੀਅਮਸ ਨੂੰ ਮੇਨਟੇਨ ਨਹੀਂ ਕਰ ਰਹੇ, ਸਾਨੂੰ ਦੇ ਦੇਣ, ਅਸੀਂ ਆਪਦੇ ਖਰਚੇ 'ਤੇ ਇਹ ਸਾਰਾ ਕੁਝ ਕਰਨ ਨੂੰ ਤਿਆਰ ਹਾਂ। ਇਹਨਾਂ ਜਿਹੜੇ ਸਟੇਡੀਅਮ ਦੇ ਪ੍ਰਬੰਧਾਂ ਦਾ ਜਿਹੜੀਆਂ ਕਮੀਆਂ ਵੇਖੀਆਂ ਗਈਆਂ, ਪੱਤਰਕਾਰ ਵੀਰਾਂ ਨੇ ਵੀ ਇਹ ਧਿਆਨ 'ਚ ਲਿਆਂਦਾ ਮੁੱਦਾ, ਸ਼ਹਿਰ ਦੇ ਜ਼ਿੰਮੇਵਾਰ ਬੰਦਿਆਂ ਨੇ ਵੀ ਸਾਡੇ ਧਿਆਨ 'ਚ ਮੁੱਦਾ ਲਿਆਂਦਾ, ਅਸੀਂ ਆ ਕੇ ਦੇਖਿਆ, ਅਸੀਂ ਇਸ ਸਟੇਡੀਅਮ ਨਾਲ ਜੁੜੇ ਹੋਏ ਹਾਂ, ਸਾਡਾ ਬਚਪਨ ਇਹਨਾਂ ਪੌੜੀਆਂ 'ਤੇ ਗੁਜ਼ਰਿਆ, ਅਸੀਂ ਇੱਥੋਂ ਹੀ ਸਪੋਰਟਸ ਕਰਕੇ ਇਹ ਚੱਲੇ ਸੀ ਆਪਦੀ ਚੜ੍ਹਦੀ ਜਵਾਨੀ ਦੇ ਵਿੱਚ, ਅਸੀਂ ਇੱਥੇ ਵੇਖਦੇ ਹਾਂ ਵੀ ਸਟੇਡੀਅਮ ਦਾ ਬਹੁਤ ਬੁਰਾ ਹਾਲ ਹੈ, ਸ਼ਹਿਰ ਦੇ ਵਿੱਚੋਂ ਵਿੱਚ ਇੱਕੋ ਹੀ ਜਗ੍ਹਾ ਹੈ ਬਹੁਤ ਸੋਹਣੀ ਅਤੇ ਖੁੱਲ੍ਹੀ,
जिंदा सरकार कोई केयर नहीं कर रही, कोई ध्यान नहीं दे रही, गंद पिया हुआ। सरकार ने इस चीज़ को कमाई वास्ते वरत रही है। सरकार बाबा फरीद का मेला आता है, झूलियां ठेके दे के 50 लाख रुपया 40 लाख रुपया कमा के जेब च पा लेंदी है, पर इन वाली कोई ध्यान नहीं। हमने दिवाली लंघ के गई है, सरकार ने 5-7 लाख रुपया पटाकों दटालों को इकट्ठा किया, पर स्टेडियम करने कोई हाल नहीं है। आप वेखा जो ग्राउंड गंद पिया सारा पटाकों का ही है। असी यूथ अकाली दल वालों जो असी इन वास्ते कर रहे, इन सफाई ग्राउंड का प्रबंध वधिया साफ सुथरा वो असी करांगे। असी कल नूं डीएसओ साहब नूं लिख के देवांगे वी जिहड़ा ग्राउंड आ सानूं वाह के इहनूं कंप्यूटर कराए नाल पद्धर करके इहनूं साफ करन दी इजाज़त दित्ती जाए। आसे पासे असी ट्रैक दी ते पौड़ियां दी सफाई असी शुरू करती है। जिन्हें चिर साफ नहीं हुंदा यूथ अकाली दल उन्ने चिर इत्थे डटिया रहूगा। किन्ने दिन जिहड़ा सफाई अभियान चलेगा? जिन्ने चिर सारी सफाई नहीं हुंदी जी उन्ना चिर सफाई अभियान चलूगा, उदू बाद असी कोई अगले काम नूं हत्थ पावांगे। अक्सर देखिया गया कि जिहड़ियां संस्थावां सफाई तां कर जांदियां पर बाद च उसदी मेंटेनेंस दा कोई ध्यान नहीं रखदा। ये आउंदा अक्सर जी, ये गल आउंदी है जी, पर असी इस नाल जुड़े सी हफ्ते च 1 या 2 दिन असी इत्थे आउने ही आउने जी। ये मुद्दा साढ़े ध्यान च रहिंदा जी। पिछले वर्ष बाबा शेख फरीद कुश्ती खड़ा जी, बहुत वड्डे वड्डे भलवान ते नैशनल लैवल दे भलवान इंटरनेशनल लैवल दे भलवान नूं खाड़े नहीं दित्ते जी, पर वो खाड़े कोले आपदे मैट रखण नूं हाल तक है नहीं सी। असी वो ध्यान बंटी रमाणा जी दे ध्यान च लियांदा ते जदों ये यूथ डिवेलपमेंट बोर्ड दे चेयरमैन सी, इन्होंने सानूं 32 लाख रुपये की ग्रांट दित्ती ते वो हाल बन के तैयार आ। हाकी की ग्राउंड सी जी वो सरदार सुखबीर सिंह बादल जी के निजी इंट्रस्ट नाल हाकी की ग्राउंड इतने बनी, 2-2.5 करोड़ रुपया लग गए। देखने च आया वो तुम उधर भी वेखियो, उत्थे भी बहुत बुरा हाल है। जिहड़ी एंट्री आ उत्थों लंघन थां ही है नहीं। कल्लियां कुड़ियां स्पोर्ट्स करन आउंदियां स्टेडियम दे विच, उन्हां वास्ते सेफ है क्योंकि शहर दे विच हैगा, पर इतने कोई ध्यान ही है नहीं किसी का सफाई करनी, ना इसकी सफाई का ध्यान, ना इतने कोई सेवादार है, ना कोई PCR है। तो असी शहर के SSP साहब नूं बेनती करना चाहते हैं भी इतने सुबह शाम 2 घंटे सुबह तो 2 घंटे शाम जो बच्चे स्पोर्ट्स वास्ते आते हैं PCR का प्रबंध किया जाए, इतने सेवादार का प्रबंध हो। असी जिन्ने योग्य है असी सहयोग करने तैयार हाँ, असं आप झाड़ू चक के इतने झाड़ू लावे जी, क्योंकि साड़ी कर्मभूमि जन्मभूमि है। देश दुनिया दी ताज़ा खबरों के लिए हुणे प्ले स्टोर तो डाउनलोड करो पंजाब की आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफॉर्म के उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब TV। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।